ਹਾਈ ਐਵਰੀਵਨ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਇਸ ਚੈਨਲ 'ਤੇ। ਅੱਜ ਜੀ ਆਪਾਂ ਗੱਲ ਕਰਨ ਜਾ ਰਹੇ ਹਾਂ TGT ਦੇ ਸਿਲੇਬਸ ਦੀ, ਜੋ ਕੇਂਦਰੀ ਵਿਦਿਆਲੇ ਦੀਆਂ ਪੋਸਟਾਂ ਆਈਆਂ ਨੇ। ਟ੍ਰੇਨਡ ਗ੍ਰੈਜੂਏਟ ਟੀਚਰ ਦੀ ਜੋ ਪੋਸਟ ਹੈ ਉਹਦਾ ਸਿਲੇਬਸ ਕੀ ਹੈ, ਕੀ ਉਹਦੇ ਵਿੱਚ ਰੀਡ ਕਰਨਾ ਹੈ, ਅਤੇ TGT ਐਪਲੀਕੈਂਟਸ ਜੋ ਨੇ ਉਹਨਾਂ ਨੂੰ ਇੱਕ ਬੈਨੀਫਿਟ ਜੋ ਹੈ ਉਹ ਕੀ ਹੈ, ਆਪਾਂ ਸਾਰਾ ਕੁਝ ਇਹਦੇ ਵਿੱਚ ਡਿਸਕਸ ਕਰਾਂਗੇ। ਅਤੇ ਇਸ ਦੇ ਵਾਸਤੇ ਜੀ ਸੀਟੈਟ ਪੇਪਰ 2 ਜੋ ਹੈ ਤੁਹਾਡਾ ਉਹ ਕਲੀਅਰ ਹੋਇਆ ਹੋਣਾ ਜ਼ਰੂਰੀ ਹੈ, ਪਲੱਸ ਤੁਹਾਡੀ ਜੋ ਹੈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਵਿਦ ਪ੍ਰੋਪਰ ਸਬਜੈਕਟ ਕੋਂਬੀਨੇਸ਼ਨਸ। ਮਿਨੀਮਮ 50% ਮਾਰਕਸ ਜੋ ਨੇ ਤੁਹਾਨੂੰ ਚਾਹੀਦੇ ਨੇ ਗ੍ਰੈਜੂਏਸ਼ਨ ਦੇ ਵਿੱਚ। ਸੋ ਇਸ ਤੋਂ ਪਹਿਲਾਂ ਮੈਂ PRT ਵਾਲੇ ਸਿਲੇਬਸ ਦੀ ਵੀਡੀਓ ਜੋ ਹੈ ਉਹ ਅਪਲੋਡ ਕਰ ਦਿੱਤੀ ਸੀ, ਉਹ ਅਗਰ ਜਿਨ੍ਹਾਂ ਦਾ ਬਣਦਾ ਹੈ ਉਹ ਆਪਣੀ ਦੇਖ ਸਕਦੇ ਨੇ। ਸੋ ਹੁਣ ਸਟਾਰਟ ਕਰਦੇ ਹਾਂ ਜੀ TGT ਦਾ ਸਿਲੇਬਸ। ਸੋ ਇਹ ਸਿਲੇਬਸ ਹੈ ਜੀ ਇੰਗਲਿਸ਼, ਹਿੰਦੀ, ਮੈਥ, ਸਾਇੰਸ, ਸੋਸ਼ਲ ਸਟੱਡੀਜ਼ ਅਤੇ ਸੰਸਕ੍ਰਿਤ ਵਾਲੇ ਟੀਚਰਸ ਵਾਸਤੇ। ਡਾਇਰੈਕਟ ਰਿਕਰੂਟਮੈਂਟ ਹੈ ਇਹ। ਟੈਸਟ ਡੂਰੇਸ਼ਨ ਹੋਏਗੀ 150 ਮਿੰਟਸ ਦਾ, ਤੁਹਾਨੂੰ ਟਾਈਮ ਮਿਲੇਗਾ। ਟੋਟਲ ਕੁਸ਼ਚਨਸ ਵੀ ਹੋਣਗੇ 150 ਓਬਜੈਕਟਿਵ ਟਾਈਪ, ਟੋਟਲ ਮਾਰਕਸ ਵੀ ਹੋਣਗੇ 150 ਮਾਰਕਸ। ਅਤੇ ਇੱਥੇ ਨੈਗੇਟਿਵ ਮਾਰਕਿੰਗ ਬਾਰੇ ਕੁਛ ਵੀ ਸਪੈਸੀਫਾਈ ਨਹੀਂ ਹੈ, ਬਟ ਇਹਨਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ। ਸੋ ਆਪਾਂ ਮੰਨ ਕੇ ਚੱਲਦੇ ਹਾਂ ਦੈਟ ਦੇਅਰ ਵਿਲ ਬੀ ਅ ਨੈਗੇਟਿਵ ਮਾਰਕਿੰਗ ਔਫ 0.25 ਫੋਰ ਐਵਰੀ ਰੋਂਗ ਆਂਸਰ। ਸੈਕਸ਼ਨ ਜੀ ਤੁਹਾਨੂੰ 2 ਪਾਰਟਸ ਦੇ ਵਿੱਚ ਪੇਪਰ ਆਉਣਾ ਹੈ। ਪਾਰਟ 1 ਦੇ ਵਿੱਚ ਜਨਰਲ ਇੰਗਲਿਸ਼ ਅਤੇ ਜਨਰਲ ਹਿੰਦੀ ਦੇ 10-10 ਕੁਸ਼ਚਨਸ ਆਉਣਗੇ, ਉਹੀ ਬੇਸਿਕ ਜੀ ਇੰਗਲਿਸ਼ ਅਤੇ ਬੇਸਿਕ ਹਿੰਦੀ ਹੋਏਗੀ, ਗਰਾਮਰ ਹੀ ਹੋਏਗੀ ਵੈਸੇ ਤਾਂ। ਸੋ 20 ਕੁਸ਼ਚਨਸ ਉਹਦੇ ਆਉਣੇ ਨੇ। ਪਾਰਟ 2 ਦੇ ਵਿੱਚ ਜਨਰਲ ਨੌਲੇਜ ਅਤੇ ਕਰੰਟ ਅਫੇਅਰਸ ਦੇ 40 ਕੁਸ਼ਚਨਸ ਆਉਣੇ ਨੇ। ਕਾਫੀ ਵਾਈਡ ਜੋ ਹੈ ਜਨਰਲ ਨੌਲੇਜ ਇਹਦੇ ਵਿੱਚ ਕਵਰ ਹੋਏਗੀ, ਪਲੱਸ ਤੁਹਾਡੇ ਕਰੰਟ ਅਫੇਅਰਸ ਵੀ। ਕਰੰਟ ਅਫੇਅਰਸ ਤੁਸੀਂ ਮੰਨ ਕੇ ਚੱਲੋ ਕਿ ਇਹਨਾਂ ਦੀ ਰੇਸ਼ੋ ਜੋ ਹੈ ਉਹ 50-50% ਹੋਏਗੀ। 20 ਕੁਸ਼ਚਨਸ GK ਦੇ ਆ ਸਕਦੇ ਨੇ ਅਤੇ 20 ਕੁਸ਼ਚਨ ਕਰੰਟ ਅਫੇਅਰਸ ਦੇ। ਰੀਜਨਿੰਗ ਅਬਿਲਿਟੀ ਦੇ ਹੈ ਜੋ ਉਹਦਾ ਵੀ ਕਾਫੀ ਸਕੋਰਿੰਗ ਹੈ, 40 ਕੁਸ਼ਚਨਸ ਆਉਣੇ ਨੇ, ਮਤਲਬ 40 ਮਾਰਕਸ ਦਾ ਪੇਪਰ ਜੋ ਹੈ ਉਹ ਰੀਜਨਿੰਗ ਵਿੱਚੋਂ ਹੀ ਆ ਜਾਏਗਾ। ਰੀਜਨਿੰਗ ਦੇ ਵਿੱਚ ਤੁਸੀਂ ਲੋਜੀਕਲ ਰੀਜਨਿੰਗ ਅਤੇ ਦੂਸਰੀ ਜੋ ਹੈ ਤੁਹਾਡੀ ਜਿੰਨੀ ਵੀ ਆਪਾਂ ਕੁਆਂਟੀਟੇਟਿਵ ਰੀਜਨਿੰਗ ਹੁੰਦੀ ਹੈ ਉਹ ਵੀ ਇਹਦੇ ਵਿੱਚ ਕਵਰ ਹੋਏਗੀ। ਸੋ ਵਰਬਲ ਨੋਨ ਵਰਬਲ ਰੀਜਨਿੰਗ ਸਾਰੀ ਇਹਦੇ ਵਿੱਚ ਤੁਸੀਂ ਕਰਨੀ ਹੈ, 40 ਕੁਸ਼ਚਨਸ ਕਿਉਂਕਿ ਆਉਣੇ ਨੇ ਇਹਦੇ ਵਿੱਚ। ਕੰਪਿਊਟਰ ਲਿਟਰੇਸੀ ਜੋ ਹੈ ਇਹਨਾਂ ਨੇ ਐਡ ਕਰ ਦਿੱਤਾ, ਹੁਣ ਪਹਿਲਾਂ ਨਹੀਂ ਸੀ ਹੁੰਦਾ। 10 ਕੁਸ਼ਚਨਸ ਉਹਦੇ 'ਤੇ ਆਉਣੇ ਨੇ ਅਤੇ ਕੰਪਿਊਟਰ ਲਿਟਰੇਸੀ ਦਾ ਜੋ ਲੈਵਲ ਹੈ ਉਹ ਤੁਹਾਡਾ ਨੋਰਮਲ ਹੀ ਹੋਏਗਾ ਜਿੰਨਾ ਕੁ ਆਪਾਂ 10th+2 ਤੱਕ ਪੜ੍ਹਦੇ ਹਾਂ। ਪੈਡਾਗੋਜੀ ਦੀ ਗੱਲ ਕਰ ਲਈਏ ਜੀ ਤਾਂ 40 ਕੁਸ਼ਚਨਸ ਆਉਣਗੇ। ਪੈਡਾਗੋਜੀਕਲ ਕੰਸਰਨਸ ਵਿੱਚ ਉਹੀ ਕਰੀਕੁਲਮ, ਮੀਨਿੰਗ, ਪ੍ਰਿੰਸੀਪਲਸ, ਟਾਈਪਸ ਆਫ ਕਰੀਕੁਲਮ, ਔਰਗਨਾਈਜੇਸ਼ਨ ਅਪਰੋਚਿਸ, ਪਲੈਨਿੰਗ ਦੇ ਵਿੱਚ ਇੰਸਟਰਕਸ਼ਨਲ ਪਲੈਨ, ਈਅਰ ਪਲੈਨ, ਯੂਨਿਟ ਪਲੈਨ, ਲੈਸਨ ਪਲੈਨ, ਇੰਸਟਰਕਸ਼ਨਲ ਮਟੀਰੀਅਲ ਐਂਡ ਰਿਸੋਰਸਿਸ ਦੇ ਵਿੱਚ ਟੈਕਸਟ ਬੁੱਕਸ, ਵਰਕ ਬੁੱਕਸ, ਸਪਲੀਮੈਂਟਰੀ ਮਟੀਰੀਅਲ, ਏਵੀਏਟਸ, ਲੈਬੋਰੇਟਰੀਸ, ਲਾਇਬ੍ਰੇਰੀ ਕਲੱਬਸ, ਮਿਊਜ਼ੀਅਮਸ, ਕਮਿਊਨਿਟੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਇਵੈਲੂਏਸ਼ਨ ਦੇ ਵਿੱਚ ਟਾਈਪਸ, ਟੂਲਸ, ਕਰੈਕਟਰਿਸਟਿਕਸ ਆਫ ਅ ਗੁੱਡ ਟੈਸਟ, ਇਹ ਸਾਰਾ BEd ਦੇ ਵਿੱਚ ਤੁਹਾਡਾ ਕਵਰ ਹੋਇਆ ਹੋਇਆ ਆਲਰੇਡੀ, ਉਹੀ ਵਾਲਾ ਸਿਲੇਬਸ ਹੈ। ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਅੰਡਰਸਟੈਂਡਿੰਗ ਡਾਇਵਰਸਿਟੀਜ਼, ਕੰਸੈਪਟਸ, ਟਾਈਪਸ, ਡਿਸੇਬਿਲਿਟੀ, ਡਿਸੇਬਿਲਿਟੀ ਦੇ ਬਾਰੇ ਪੜ੍ਹਨਾ ਜੀ ਇਹਦੇ ਵਿੱਚ, ਜਿਵੇਂ ਸੈਂਸਰੀ ਇੰਪੇਅਰਮੈਂਟ, ਕੋਗਨੇਟਿਵ ਡਿਸੇਬਿਲਿਟੀਜ਼ ਕੀ ਹੁੰਦੀਆਂ ਨੇ, ਫਿਜ਼ੀਕਲ ਡਿਸੇਬਿਲਿਟੀਜ਼ ਕੀ ਹੁੰਦੀਆਂ ਨੇ, ਇਹ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਵੈਸੇ ਕਵਰ ਹੁੰਦਾ। ਫਿਲੋਸਫੀ ਆਫ ਇਨਕਲੂਜਨ ਵਿਦ ਸਪੈਸ਼ਲ ਰੈਫਰੈਂਸ, ਪ੍ਰੋਸੈਸ ਆਫ ਇਨਕਲੂਜਨ, ਕੰਸਟੀਟਿਊਸ਼ਨਲ ਪ੍ਰੋਵੀਜ਼ਨਸ। 3rd ਹੈ ਜੀ ਕਮਿਊਨੀਕੇਸ਼ਨ ਐਂਡ ਇੰਟਰੈਕਸ਼ਨ। 4th ਹੈ ਅੰਡਰਸਟੈਂਡਿੰਗ ਲਰਨਿੰਗ, ਲਰਨਿੰਗ ਦੀਆਂ ਜੋ ਸਾਰੀਆਂ ਥਿਊਰੀਜ਼ ਨੇ ਜਿਵੇਂ ਸਕਿਨਰ ਦੀ, ਪੈਵਲੋਵ ਦੀ, ਥੋਰਨਡਾਈਕ ਦੀ, ਪੀਆਜੇ ਦੀ, ਵਿਗੋਟਸਕੀ, ਕੋਲਰ, ਕੋਫਕਾ, ਐਂਡ ਓਬਜ਼ਰਵੇਸ਼ਨਲ ਡਾਇਮੈਂਸ਼ਨਸ ਆਫ ਲਰਨਿੰਗ, ਇਹ ਸਾਰਾ ਜੋ ਹੈ ਇਹਦੇ ਵਿੱਚ ਕਵਰ ਹੋਏਗਾ। ਸੋ ਇੰਨਾ ਕੋਈ ਤੁਹਾਡਾ ਸਿਲੇਬਸ ਹੈ। ਅਤੇ ਇੱਥੇ ਜੀ ਇਹਦੇ ਨਾਲ ਇੱਕ ਹੋਰ ਹੈ ਪਾਰਟ, ਸੋਰੀ, ਮੈਮਰੀ ਐਂਡ ਫੋਰਗੇਟਿੰਗ, ਟ੍ਰਾਂਸਫਰ ਆਫ ਲਰਨਿੰਗ, ਡਿਜ਼ਾਈਨ ਆਫ ਲਰਨਿੰਗ ਐਕਟੀਵਿਟੀਜ਼ ਐਂਡ ਕਲਾਸਰੂਮ ਪ੍ਰੋਸੈਸਿਸ, ਪੈਡਾਗੋਜਿਕ ਪ੍ਰੈਕਟਿਸਿਜ਼ ਐਂਡ ਕ੍ਰੀਏਟਿੰਗ ਡੈਮੋਕ੍ਰੇਟਿਕ ਲਰਨਿੰਗ ਇਨਵਾਇਰਮੈਂਟਸ ਦੈਟ ਇੰਕਲੂਡ ਡਾਇਵਰਸ ਚਿਲਡਰਨਸ ਨੌਲੇਜ। ਮਤਲਬ ਜੋ ਸਿਲੇਬਸ ਹੈ ਪੈਡਾਗੋਜੀ ਦਾ ਉਹ ਤੁਹਾਡਾ BEd ਦੇ ਵਿੱਚੋਂ ਜੋ ਹੈ ਸਾਰਾ ਚੱਕਿਆ ਹੋਇਆ ਇਹਨਾਂ ਨੇ, ਪਲੱਸ ਸਪੈਸ਼ਲ ਐਜੂਕੇਸ਼ਨ ਦੇ ਵੀ ਕੁਛ ਟੋਪਿਕਸ ਜੋ ਨੇ ਉਹ ਇਹਦੇ ਵਿੱਚ ਐਡ ਕਰ ਲਏ ਨੇ ਇਹਨਾਂ ਨੇ। ਸੋ ਇਹ ਤੁਸੀਂ ਪ੍ਰੋਪਰਲੀ ਆਪਣਾ ਪ੍ਰਿਪੇਅਰ ਕਰਨਾ ਕਿਉਂਕਿ 40 ਮਾਰਕਸ ਜੋ ਨੇ ਤੁਹਾਡੇ ਇੱਥੋਂ ਹੀ ਕਵਰ ਹੋਣੇ ਨੇ। ਅਤੇ ਜਿੰਨਾ ਵੀ ਹੋ ਸਕੇ ਪ੍ਰੀਵੀਅਸ ਪੇਪਰ ਜ਼ਰੂਰ ਤੁਸੀਂ ਕਰਨੇ ਨੇ। ਅਤੇ ਬੈਨੀਫਿਟ ਜੀ TGT ਵਾਲਿਆਂ ਨੂੰ ਇਹ ਹੈ ਕਿ ਉਹਨਾਂ ਦੇ ਸਬਜੈਕਟ ਦੇ ਵਿੱਚੋਂ ਕੁਛ ਵੀ ਨਹੀਂ ਆਉਣਾ। ਸੋ ਕਿਉਂਕਿ ਅਗਰ ਇਹਨਾਂ ਦਾ ਸਬਜੈਕਟ ਤੁਸੀਂ ਸਬਜੈਕਟਿਵ ਜੋ ਹੈ ਤੁਹਾਡਾ ਉਹਦੇ ਨਾਲ ਰਿਲੇਟਡ ਸਿਲੇਬਸ ਪਾ ਦਿੰਦੇ ਤਾਂ ਬਹੁਤ ਜ਼ਿਆਦਾ ਵਾਈਡ ਹੋ ਜਾਣਾ ਸੀ, ਜਿਵੇਂ PGT ਵਾਲਿਆਂ ਦਾ ਹੈ ਤਾਂ ਬਹੁਤ ਜ਼ਿਆਦਾ ਸਿਲੇਬਸ ਹੈ ਉਹਨਾਂ ਦਾ। ਬਟ TGT ਵਾਲਿਆਂ ਨੂੰ ਚਲੋ ਇੱਕ ਗੱਲ ਦਾ ਬੈਨੀਫਿਟ ਹੋ ਗਿਆ ਕਿ ਉਹਨਾਂ ਦਾ ਸਿਲੇਬਸ ਥੋੜ੍ਹਾ ਜਿਹਾ ਘੱਟ ਹੋ ਗਿਆ ਬਾਕੀਆਂ ਨਾਲੋਂ। ਸੋ ਆਪਣੀ ਤੁਸੀਂ ਪ੍ਰਿਪਰੇਸ਼ਨ ਜੋ ਹੈ ਉਹ ਚੰਗੀ ਤਰ੍ਹਾਂ ਕਰ ਸਕਦੇ ਹੋ।
ਅਤੇ ਇਹਦੇ ਵਿੱਚ ਹੀ ਜੋ ਇਹਦਾ ਡਿਸਟ੍ਰੀਬਿਊਸ਼ਨ ਰਹਿਣਾ, ਮਾਰਕਸ ਦਾ ਵੇਟੇਜ ਰਹਿਣੀ ਹੈ ਰਿਟਨ ਟੈਸਟ ਅਤੇ ਇੰਟਰਵਿਊ ਦੀ 85:15 ਦੀ ਰਹੇਗੀ। ਅਤੇ ਸਟਿਲ ਅਗਰ ਤੁਹਾਨੂੰ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। PRT ਵਾਲਾ ਸਿਲੇਬਸ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਸਕਦੇ ਨੇ ਇਸ ਤੋਂ ਪਹਿਲਾਂ ਵਾਲੀ ਵੀਡੀਓ। ਅਤੇ ਆਪਣਾ ਜਨਰਲ ਨੌਲੇਜ ਅਤੇ ਕਰੰਟ ਅਫੇਅਰਸ ਦਾ ਸੈਕਸ਼ਨ ਹੈ ਉਹਨੂੰ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿਓ, ਕਿਉਂਕਿ ਕਰੰਟ ਅਫੇਅਰਸ ਜੋ ਨੇ ਤੁਹਾਡੇ ਆਲਮੋਸਟ 6 ਮੰਥਸ ਤੋਂ ਅਬਵ ਦੇ ਪੁੱਛੇ ਜਾਂਦੇ ਨੇ। ਮਤਲਬ ਲਾਈਕ ਆਪਾਂ ਜੇ ਪੇਪਰ ਮੰਨ ਲਓ ਜਨਵਰੀ ਦੇ ਵਿੱਚ ਹੋਏਗਾ ਤਾਂ ਇਸ ਸਾਰੇ 2018 ਦੇ ਜੋ ਕਰੰਟ ਅਫੇਅਰਸ ਨੇ ਉਹ ਪੁੱਛੇ ਜਾ ਸਕਦੇ ਨੇ। ਸੋ ਆਪਣੀ ਪਹਿਲਾਂ ਹੀ ਉਹਨਾਂ ਉੱਪਰ ਗ੍ਰਿਪ ਬਣਾ ਕੇ ਰੱਖੋ। ਅਤੇ ਅਗਰ ਸਟਿਲ ਯੂ ਹੈਵ ਐਨੀ ਕੁਐਰੀ ਦੈਨ ਯੂ ਕੈਨ ਆਸਕ ਮੀ। ਐਂਡ ਅਗਰ ਵੀਡੀਓ ਅੱਛੀ ਲੱਗੀ ਹੋਏ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ। ਐਂਡ ਵਨ ਮੋਰ ਇੰਪੋਰਟੈਂਟ ਥਿੰਗ ਕਿ ਜੋ ਔਨਲਾਈਨ ਕਲਾਸਿਸ ਨੇ ਉਹ ਵੀ ਇਹਨਾਂ ਲਈ ਮੈਂ ਸਟਾਰਟ ਕਰਨ ਜਾ ਰਹੀ ਹਾਂ, ਕਿਉਂਕਿ ਮੈਨੂੰ ਬਹੁਤ ਜਣਿਆਂ ਨੇ ਰਿਕੁਐਸਟ ਕੀਤੀ ਹੈ ਕਿ ਔਨਲਾਈਨ ਸਟਾਰਟ ਕੀਤਾ ਜਾਵੇ, ਕਿਉਂਕਿ ਔਫਲਾਈਨ ਸਾਰੇ ਅਪਰੋਚ ਨਹੀਂ ਕਰ ਸਕਦੇ। ਸੋ ਆਈ ਐਮ ਸਟਾਰਟਿੰਗ ਔਨਲਾਈਨ ਆਲਸੋ। ਸੋ ਇਫ ਯੂ ਆਰ ਇੰਟਰਸਟਡ ਯੂ ਕੈਨ ਕਮੈਂਟ ਬਿਲੋ। ਸੋ ਬਾਕੀਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ।